ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ 15 ਵਿੱਚ ਤੁਹਾਨੂੰ ਜੀ ਆਇਆਂ ਨੂੰ ਪਿਛਲੇ ਹਫਤੇ ਅਸੀਂ ਹਰਮੰਦਰ ਸਾਹਿਬ ਦੇ ਇਤਿਹਾਸ ਬਾਰੇ ਪੜਿਆ ਸੀ ਅੱਜ ਅਸੀਂ ਹਰਮੰਦਰ ਸਾਹਿਬ ਦੀਆਂ ਅਨੋਖੀਆਂ ਸੱਚਾਈਆਂ ਦੇ ਬਾਰੇ ਵਿੱਚ ਪੜਾਂਗੇ ਐ ਵੋਕੈਬਲਰੀ ਦੇ ਸ਼ਬਦ ਨੇ ਥੋੜੇ ਜਿ ਔਖੇ ਵੀ ਹੋ ਸਕਦੇ ਨੇ ਤੇ ਇਹਨਾਂ ਦੇ मीनिंग ਨੇ ਸੋ ਇਹਨਾਂ 'ਪਾ ਕੁਕਲੀ' ਪਰ ਦੇ ਆ ਤੇ ਫਿਰ ਤੁਸੀਂ ਇਹਨਾਂ ਨੂੰ ਯਾਦ ਕਰੋਗੇ ਠੀਕ ਹੈ ਮਹੱਤਵਪੂਰਨ Significant or important. Imarat, building. Halimi, humility. Darban, guard. pull bridge. Mahal, palace. I want you to pay attention to the spelling. We are saying a ah, sound, mahal, right? But we don't write the a ah, sound. And that's the basi, haha. Um, whenever haha has sihari, um, it comes in the middle. It makes a sound a. Ah. Ni, foundation.

Banvaya, got made, constructed. Pame, although. sonne de patre, gold leaves. Darshni diodi, the main covered entrance. So some of the words can be challenging for you. Make sure you learn them. One way to learn them would be when I finish reading here, you go back and reading and find those words in there and see the context, how they have been used in here. ਹਰਿਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਮਹੱਤਵਪੂਰਨ ਤੀਰਥ ਸ্নান ਹੈ ਅਸਥਾਨ ਹੈ ਹਰਿਮੰਦਰ ਸ਼ਬਦ ਦਾ ਮਤਲਬ ਹੈ ਰੱਬ ਦਾ ਮੰਦਰ ਹਰਿਮੰਦਰ ਸਾਹਿਬ ਦਾ ਇੱਕ ਨਾਂ ਦਰਬਾਰ ਸਾਹਿਬ ਵੀ ਹੈ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਲਈ ਚਾਰ ਦਰਵਾਜ਼ੇ ਹਨ ਹੈ ਇਰ ਇਸ ਸਪੈਲਿੰਗ ਮਿਸਟੇਕ ਸਾਹਿਬ ਇਚਰ ਸੇ ਸਾਹਿਬ ਗੁਰੂ ਜੀ ਨੇ ਇਹ ਅਸਥਾਨ ਸਾਰੇ ਤਰਮਾ ਅਤੇ ਜਾਤੀਆਂ ਦੇ ਲੋਕਾਂ ਵਾਸਤੇ ਖੁੱਲਾ ਰੱਖਿਆ ਉੱਚਾਉਂਦੇ ਸਨ ਕਿ ਇੱਥੇ ਕੋਈ ਭੇਦ ਭਾਵਨਾ ਨਾ ਹੋਵੇ નો ਡਿਸਕ੍ਰਿਮੀਨੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਇੱਕੋ ਰਾਹ ਹੈ this does not make sense ਇਟ ਸ਼ੁਰ ਸੇ ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਇੱਕੋ ਰਾਹ ਹੈ so let's cross it out why did i make that big mistake okay let's cross it out ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਇੱਕੋ ਹੀ ਰਾਹ ਹੈ ਇਹ ਰਾਹ ਇੱਕ ਪੁਲ ਹੈ ਪੁਲ ਦੇ ਸਿਰੇ ਤੇ ਬਹੁਤ ਵੱਡਾ ਦਰਵਾਜਾ ਹੈ ਜਿਸ ਨੂੰ ਦਰਸ਼ਨੀ ਡਿਉੜੀ ਕਿਹਾ ਜਾਂਦਾ ਹੈ ਦਰਸ਼ਨੀ ਡਿਉੜੀ ਦੇ ਅੱਗੇ ਦਰਬਾਨ ਖੜੇ ਹੁੰਦੇ ਹਨ ਸਾਰੀ ਸੰਗਤ ਡਿਉੜੀ ਵਿੱਚੋਂ ਲੰਘ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਦੀ ਹੈ ਅਤੇ ਵਾਪਸ ਵੀ ਉਸੇ ਹੀ ਪੁਲ ਤੋਂ ਆਉਂਦੀ ਹੈ ਪਰ ਵਾਪਸ ਆਉਣ ਵੇਲੇ ਦਰਸ਼ਨੀ ਡਿਉੜੀ ਵਿੱਚੋਂ ਬਾਹਰ ਨਹੀਂ ਜਾਂਦੀ ਜੋੜੀ ਤਾਂ ਪਹਿਲਾਂ ਹੀ ਸੱਜੇ ਪਾਸੇ ਮੁੜ ਜਾਂਦੀ ਹੈ ਅਤੇ ਪ੍ਰਸ਼ਾਦ ਲੈ ਕੇ ਬਾਹਰ ਜਾਂਦੀ ਹੈ ਯੂ ਸ਼ੁਡ ਲੁੱਕ ਐਟ ਦ ਪਿਕਚਰ ਆਫ ਦਰਬਾਰ ਸਾਹਿਬ ਔਨ ਗੂਗਲ ਐਂਡ ਯੂ ਵਿਲ ਸੀ ਵਟ ਆਈ ਮੀਨ ਹਰਮੰਦਰ ਸਾਹਿਬ ਦੀ ਇੱਕ ਖਾਸ ਗੱਲ ਇਹ ਹੈ ਕਿ ਹਰਮੰਦਰ ਸਾਹਿਬ ਦੀ ਨੀ ਇੱਕ ਮੁਸਲਮਾਨ ਪੀਰ ਮੀਆਂ ਮੀਰ ਨੇ ਰੱਖੀ ਸੀ ਇਹ ਗੱਲ ਅਨੋਖੀ ਹੈ ਕਿਉਂਕਿ ਦੁਨੀਆ ਵਿੱਚ ਕਦੀ ਵੀ ਕਿਸੇ ਧਾਰਮਿਕ ਸਥਾਨ ਦਾ ਨਹੀਂ ਪੱਥਰ ਕਿਸੇ ਦੂਸਰੇ ਧਰਮ ਦੇ ਆਦਮੀ ਨੇ ਨਹੀਂ ਰੱਖਿਆ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਥੱਲੇ ਜਾ ਕੇ ਬਣਾਈ ਮੀਨਸ ਲੋਅਰ ਉਹ ਚਾਹੁੰਦੇ ਸਨ ਕਿ ਹਰਮੰਦਰ ਸਾਹਿਬ ਜਾਣ ਲਈ ਸੰਗਤਾ ਪੌੜੀਆਂ ਉਤਰ ਕੇ ਹੇਠਾਂ ਜਾਣ ਸੰਗਤਾ ਹਲੀਮੀ ਅਤੇ ਨਿਮਰਤਾ ਨਾਲ ਸਿਰ ਝੁਕਾ ਕੇ ਹਰਮੰਦਰ ਆਉਣ ਕਿਉਂਕਿ ਰੱਬ ਦੇ ਨੇੜੇ ਜਾਣ ਲਈ ਸਾਡੇ ਵਿੱਚ ਨਿਮਰਤਾ ਅਤੇ ਹਲੀਮੀ ਹੋਣੀ ਜ਼ਰੂਰੀ ਹੈ ਹਰਮੰਦਰ ਸਾਹਿਬ ਵਿੱਚ ਬਿਜਲੀ 1930 ਵਿੱਚ ਆਈ ਬਿਫੋਰ ਦੈਟ THERE WAS NO ELECTRICITY ਉਸ ਤੋਂ ਪਹਿਲਾਂ ਕਿਓ ਵਾਲੇ ਲੈਂਪ ਬਾਲੇ ਜਾਂਦੇ ਸਨ ਮਹਾਰਾਜਾ ਰਣਜੀਤ ਸਿੰਘ 1801 ਵਿੱਚ ਮਹਾਰਾਜਾ ਬਣੇ ਮਹਾਰਾਜਾ ਲਾਹੌਰ ਵਿੱਚ ਰਹਿੰਦੇ ਸਨ 1830 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਉੱਤੇ 3000 ਪਾਉਂਡ ਸੋਨੇ ਦੇ ਪੱਤਰੇ ਚੜਵਾਏ ਹਰਮੰਦਰ ਸਾਹਿਬ ਨੀਲੇ ਸਰੋਵਰ ਦੇ ਵਿੱਚਕਾਰ ਸੁਨਹਿਰੀ ਰੰਗ ਦਾ ਨਗ ਬਣ ਕੇ ਚਮਕਣ ਲੱਗਾ ਸੋਨਾ ਲੱਗਣ ਤੋਂ ਬਾਅਦ ਸੋਨੇ ਦੇ ਸੁਨਹਿਰੀ ਰੰਗ ਕਰਕੇ ਪਾਵੇਂ ਸੰਸਾਰ ਵਿੱਚ ਇਸ ਦਾ ਨਾਂ ਗੋਲਡਨ ਟੈਂਪਲ ਪੈ ਗਿਆ ਪਰ ਸਾਡੇ ਲਈ ਇਸ ਦਾ ਅਸਲੀ ਨਾਂ ਸ੍ਰੀ ਹਰਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਹੀ ਹੈ 1831 ਵਿੱਚ ਉਹਨਾਂ ਨੇ ਆਪਣਾ ਮਹਿਲ ਰਾਮ ਬਾਗ ਅੰਮ੍ਰਿਤਸਰ ਵਿੱਚ ਬਣਵਾਇਆ ਉਹਨਾਂ ਨੇ ਮੀਨਸ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਦੀ ਹਰ ਇੱਕ ਗੱਲ ਵਿੱਚ ਸਾਨੂੰ ਉਹੀ ਸਿੱਖਿਆ ਮਿਲਦੀ ਹੈ ਜੋ ਕਿ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਦਿੱਤੀ ਹਰ ਮੰਦਰ ਸਾਹਿਬ ਵਿਚ ਆ ਕੇ ਲੋਕਾਂ ਨੂੰ ਬਹੁਤ ਸੁਖ ਤੇ ਆਨੰਦ ਮਿਲਦਾ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਰਾਗੀ ਸਿੰਘ ਕੀਰਤਨ ਕਰਦੇ ਹਨ। ਸੰਗਤਾਂ ਕੀਰਤਨ ਸੁਣਦੀਆਂ ਹਨ। ਫਿਰ ਬਹੁਤ ਤਰ੍ਹਾਂ ਦੀ ਸੇਵਾ ਦੇ ਨਾਲ ਨਾਮ ਸਿਮਰਨ ਕਰਦੀਆਂ ਹਨ। ਸੇਵਾ ਕਰਨ ਨਾਲ ਤਨ ਦੇ ਦੁੱਖ ਅਤੇ ਕੀਰਤਨ ਸੁਣਨ ਨਾਲ ਮਨ ਦੇ ਦੁੱਖ ਦੂਰ ਹੁੰਦੇ ਹਨ। ਗੁਰੂ ਜੀ ਨੇ ਉਸਾਰੀ ਲਈ ਸੰਗਤਾਂ ਨੂੰ ਦਸਵੰਦ ਦੀ ਪੇਟਾ ਦੇਣ ਦਾ ਹੁਕਮ ਦਿੱਤਾ। ਅੱਜ ਵੀ ਹਰ ਮੰਦਰ ਸਾਹਿਬ ਦਾ ਸਾਰਾ ਪ੍ਰੋਗਰਾਮ ਸੰਗਤਾਂ ਦੀ ਪੇਟਾ ਨਾਲ ਹੀ ਚੱਲਦਾ ਹੈ। ਹਰ ਮੰਦਰ ਸਾਹਿਬ ਦੁਨੀਆ ਦੀ ਸਭ ਤੋਂ ਅਨੋਖੀ ਥਾਂ ਹੈ। ਇੱਥੇ ਕੋਈ ਵੀ ਜਾ ਸਕਦਾ ਹੈ। ਇਕੱਠੇ ਬੈਠ ਕੇ ਲੰਗਰ ਛੱਕ ਸਕਦਾ ਹੈ। ਕੋਈ ਵੀ ਗੁਰਬਾਣੀ ਕੀਰਤਨ ਵਿੱਚ ਰੋਹਾਨੀ ਇਸ਼ਨਾਨ ਕਰ ਸਕਦਾ ਹੈ ਤੇ ਰੱਬ ਦੀ ਉਸਤਤ ਵਿੱਚ ਮਨ ਜੋੜ ਸਕਦਾ ਹੈ। ਗੁਰਬਾਣੀ ਸਮਝ ਕੇ ਉੱਚਾ ਸੁੱਚਾ ਇਨਸਾਨ ਬਣ ਸਕਦਾ ਹੈ। ਅੰਮ੍ਰਿਤ ਸਰੋਵਰ ਵਿੱਚ ਸਰੀਰਕ ਇਸ਼ਨਾਨ ਕਰਕੇ ਕਈ ਤਰ੍ਹਾਂ ਦੇ ਰੋਗ ਅਤੇ ਉੱਚ-ਨੀਚ ਦੇ ਪੇਦ ਮਿਟਾ ਸਕਦਾ ਹੈ ਸੋ ਐਸਐਸ ਦੇ ਵਿੱਚ 527 ਸ਼ਬਦ ਨੇ ਐਂਡ ਸਿンス ਯੂ ਆ ਰੀਡਿੰਗ ਬਟ 60-70 ਵਰਡਸ ਅ ਮਿੰਟ ਯੂ ਸ਼ੁੱਡ ਬੀ ਐਬਲ ਟੂ ਰੀਡ ਦਸ ਐਂਡ ਮੇਬੀ 7-8 ਮਿੰਟਸ ਠੀਕ ਹੈ ਸੋਮਵਾਰ ਕਰਦਾ ਕੰਮ ਸੋ ਥੀਸ ਆਰ ਦਾ ਪਾਰਟਸ ਆਫ ਸੈਂਟੈਂਸਸ ਐਂਡ ਯੂ ਆਰ ਗੋਇੰਗ ਟੂ ਕਨੈਕਟ ਥੈਮ ਵਿਦ ਈਚ ਅਦਰ ਮੰਗਲਵਾਰ ਯੂ ਵਿਲ ਆਨਸਰ ਥੀਸ ਕੁਐਸਚਨਸ ਆਲ ਦੀ ਆਨਸਰਸ ਆਰ ਇਨ देयर Uh, make sure you reread the, the lesson if you don't remember. Then Wednesday, write any 10 facts about Harmander Sahib. And Thursday, Virvarnu, timer set karo, a e lake pado, take in name into So that's all the lesson for today. And I think it's pretty straightforward, pretty easy lesson. And I will see you in the next lesson. Until then, Ji Ka Khalsa Ji Ki Fateh.